ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਪਹਿਲਾ ਤੁਰਤ ਸਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ। ਤੁਰਤ ਸਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ। ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨ ਲਾਗੈ ਰਹਾਉ। ਪਾਣੀ ਪ੍ਰਾਣ ਪਵਣ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਇਤੇ ਗੁਣ ਵਿਸਰੇ। ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾ ਕੀਰਤ ਆਖਾਂ ਤਾ ਮਨ ਸੇਵ ਕਰੇ। ਕਾਗਦ ਲੂਣ ਰਹੈ ਕ੍ਰਿਤ ਸੰਗੇ ਪਾਣੀ ਕਮਲ ਰਹੈ ਐਸੇ ਭਗਤ ਮਿਲਹੈ ਜਨ ਨਾਨਕ ਤਿਨ ਜਮ ਕਿਆ ਕਰੈ। ਕਾਗਦ ਲੂਣ ਰਹੈ ਕ੍ਰਿਤ ਸੰਗੇ ਪਾਣੀ ਕਮਲ ਰਹੈ ਐਸੇ ਭਗਤ ਮਿਲਹੈ ਜਨ ਨਾਨਕ ਤਿਨ ਜਮ ਕਿਆ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ, ਹੇ ਜੋਗੀ ਮੈਂ ਵੀ ਗੋਰਖ ਦਾ ਚੇਲਾ, ਪਰ ਮੇਰਾ ਗੋਰਖ ਸਦਾ ਜਿਉਂਦਾ ਜਾਗਦਾ। ਮੇਰਾ ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ। ਠਹਿਰਾਓ, ਜੋ ਪ੍ਰਭੂ ਸਾਰੇ ਜਗਤ ਨੂੰ ਸੁਣਦਾ, ਭਾਵ ਸਾਰੇ ਜਗਤ ਦੀ ਸਦਾ ਸੁਣਦਾ, ਉਸਦੇ ਚਰਨਾਂ ਵਿੱਚ ਸੁਰਤ ਜੋੜਨੀ ਮੇਰਾ ਸਦਾ ਹੈ। ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ, ਉਸਦੇ ਦਰ ਤੇ ਮੇਰੀ ਸਿੰਗੀ ਵੱਜ ਰਹੀ ਹੈ, ਉਸ ਦਰ ਤੋਂ ਭਿੱਛਿਆ ਮੰਗਣ ਲਈ ਆਪਣੇ ਆਪ ਨੂੰ ਜੋ ਪਾਤਰ ਬਣਾਉਣਾ, ਮੈਂ ਮੋਢੇ ਉੱਤੇ ਝੋਲੀ ਪਾਈ ਹੋਈ ਹੈ ਤਾਂ ਕਿ ਮੈਨੂੰ ਨਾਮ ਪਿੱਛਿਆ ਮਿਲ ਜਾਏ। ਜਿਸ ਪਰਮਾਤਮਾ ਨੇ ਪਾਣੀ ਪੌਣ ਆਦਿਕ ਤੱਤਾਂ ਵਿੱਚ ਜੀਵਾਂ ਦੇ ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦਰਮਾ ਮੁਖੀ ਦੀਵੇ ਬਣਾਏ ਹਨ,
ਵਸਣ ਵਾਸਤੇ ਜੀਵਾਂ ਨੂੰ ਧਰਤੀ ਦਿੱਤੀ ਹੈ। ਜੀਵਾਂ ਨੇ ਉਸ ਨੂੰ ਭੁਲਾ ਕੇ ਉਸਦੇ ਇਤਨੇ ਉਪਕਾਰ ਵਿਸਾਰ ਦਿੱਤੇ ਹਨ। ਜਗਤ ਵਿੱਚ ਅਨੇਕਾਂ ਜੰਗਮ ਜੋਗੀ, ਪੀਰ, ਯੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿੱਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ ਉਹਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਾਂਗਾ। ਮੇਰਾ ਜੀਵਨ ਨਿਸ਼ਾਨਾ ਇਹੀ ਹੈ, ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ। ਜਿਵੇਂ ਲੂਣ ਘਿਓ ਵਿੱਚ ਪਿਆ ਗਲਦਾ ਨਹੀਂ, ਜਿਵੇਂ ਕਾਗਜ਼ ਘਿਓ ਵਿੱਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿੱਚ ਰਿਹਾ ਘੁਮਲਾਉਂਦਾ ਨਹੀਂ, ਇਸੇ ਤਰ੍ਹਾਂ ਇਹ ਦਾਸ ਨਾਨਕ ਭਗਤ ਜਨ ਪਰਮਾਤਮਾ ਦੇ ਚਰਨਾਂ ਵਿੱਚ ਮਿਲੇ ਰਹਿੰਦੇ ਹਨ। ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟੈਂਡ ਬਾਏ ਅਵਰ ਫਸਟ ਗੁਰੂ, ਗੁਰੂ ਨਾਨਕ ਦੇਵ ਜੀ, ਅੰਡਰ ਹੈਡਿੰਗ ਰਾਮਕਲੀ ਫਸਟ ਮਹਿਲ। ਗੁਰੂ ਸਾਹਿਬ ਜੀ ਸੇਇੰਗ ਦੈਟ ਅਵੇਅਰਨੈਸ ਆਫ ਦ ਸ਼ਬਦ ਐਂਡ ਦ ਟੀਚਿੰਗਸ ਇਜ਼ ਮਾਈ ਫੋਰਨ, ਦ ਪੀਪਲ ਹੀਅਰ ਦ ਸਾਊਂਡ ਆਫ ਇਟਸ ਵਾਈਬ੍ਰੇਸ਼ਨਸ, ਓਨਰ ਇਜ਼ ਮਾਈ ਬੈਗਿੰਗ ਬਾਲ ਐਂਡ ਦ ਨਾਮ, ਦ ਨੇਮ ਆਫ ਦ ਲਾਰਡ ਇਜ਼ ਦ ਚੈਰਿਟੀ ਆਈ ਰਿਸੀਵ। ਓ ਬਾਬਾ, ਗੁਰਖ ਇਜ਼ ਦ ਲਾਰਡ ਆਫ ਦ ਯੂਨੀਵਰਸ, ਹੀ ਇਜ਼ ਆਲਵੇਜ਼ ਅਵੇਕ ਐਂਡ ਅਵੇਅਰ, ਹੀ ਅਲੋਨ ਇਜ਼ ਅ ਗੁਰਖ ਹੂ ਸਸਟੇਨਸ ਦ ਅਰਥ, ਹੀ ਕ੍ਰੀਏਟਡ ਇਟ ਇਨ ਐਨ ਇੰਸਟੈਂਟ ਪੌਜ਼, ਬਾਈਂਡਿੰਗ ਟੂਗੈਦਰ ਵਾਟਰ ਐਂਡ ਏਅਰ, ਹੀ ਇਨਫਿਊਜ਼ਡ ਦ ਬ੍ਰੈਥ ਆਫ ਲਾਈਫ ਇਨ ਟੂ ਦ ਬਾਡੀ ਐਂਡ ਮੇਡ ਦ ਲੈਂਪਸ ਆਫ ਦ ਸਨ ਐਂਡ ਮੂਨ to die and to love, he gave us the earth, but we have forgotten these blessings. There are so many siddhas, seekers, yogis, wandering pilgrims, spiritual teachers and good people. If I meet them, I chant the Lord's praises and then my mind serves him. Pepper and salt protect by ghee remain untouched by water as the lotus remains unaffected in water. Those who meet with such devotees, O servant Nanak, what can death do to them? Vaheguru Ji Ka Khalsa, Vaheguru Ji Ki Fateh.